दो पिंड सरपंची चोणां रद्द कीतियां गईयां साढ़े दो पिंड पोना ते डल्ला पिंड जिहड़ियां सरपंच दीआं चोणां हैगीआं ਉਹ ਚੀਫ ਇਲੈਕਸ਼ਨ ਕਮਿਸ਼ਨਰ ਸਟੇਟ ਇਲੈਕਸ਼ਨ ਕਮਿਸ਼ਨਰ ਵੱਲੋਂ ਸਰਪੰਚ ਦੀ ਚੋਣ ਜਿਹੜੀ ਆ ਉਹ ਮੁਲਤਵੀ ਕੀਤੀ ਗਈ ਰੱਦ ਕੀਤੀ ਗਈ ਆ ਮੈਂ ਦੱਸਣਾ ਚਾਹੁੰਦਾ ਕਿ ਮੈਂ ਵੀ ਇੱਥੇ MLA ਰਿਹਾ ਅਸੀਂ ਸਾਰਿਆਂ ਦੇ ਕਾਗਜ਼ ਜਿਹੜੇ ਆ ਸਾਰੇ ਸਹੀ ਕਰਨੇ ਕਿਤੇ ਦਾ ਕੋਈ ਜੇ ਨੁਕਸ ਹੈਗਾ ਉਹਨੂੰ ਸਹੀ ਕਰਦੇ ਰਹੇ ਹਾਂ ਅਤੇ ਕਿਸੇ ਦਾ ਇਹੋ ਜਿਹਾ ਕਾਗਜ਼ ਕਿਸੇ ਦੇ ਰੱਦ ਨਹੀਂ ਕੀਤੇ ਸੀ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਵੋਟ ਚੋਣ ਪ੍ਰਕਿਰਿਆ ਚੱਲ ਰਹੀ ਆ ਉਹਦੇ ਵਿੱਚ ਹਰਪ੍ਰੀਤ ਸਿੰਘ ਹੋਣਾ ਦੇ ਕੋਲ NOC ਵੀ ਹੈਗਾ ਜਿਹੜਾ BDO ਬਿੱਲ ਦਿੱਤਾ ਗਿਆ ਹੈਗਾ ਉਸ ਤੋਂ ਬਾਅਦ ਨੋਮੀਨੇਸ਼ਨ ਫਾਰਮ ਭਰੇ ਗਏ ਨੋਮੀਨੇਸ਼ਨ ਫਾਰਮ ਦੀ ਸਕਰੂਟਨੀ ਹੋਈ ਸਕਰੂਟਨੀ ਵਿੱਚ ਬਿਲਕੁਲ ਸਾਰਾ ਕੁਝ ਸਹੀ ਆਇਆ ਕਿ ਜਿਹੜੇ ਕਾਗਜ਼ ਹੈਗੇ ਆ ਉਹ ਸਹੀ ਪਾਏ ਗਏ ਉਸ ਤੋਂ ਬਾਅਦ ਵੀ ਮਤਲਬ ਇਹ ਹੈ ਕਿ ਚੋਣ ਨਿਸ਼ਾਨ ਦਿੱਤਾ ਗਿਆ ਚੋਣ ਨਿਸ਼ਾਨ ਦੇਣ ਤੋਂ ਬਾਅਦ ਵੀ ਕੰਪਲੇਂਟ ਨੇ ਕਰਤੀ ਕਿਉਂ ਕੀਤੀ ਉਹਦਾ ਕਾਰਨ ਇਹ ਹੈਗਾ ਕਿ ਇਸ ਪਿੰਡ ਦੇ ਵਿੱਚ ਪੋਨੇ ਵਿੱਚ ਜਾਂ ਡੱਲੇ ਦੇ ਵਿੱਚ ਸਾਡੀ ਆਪਣੀ ਪਾਰਟੀ ਜਿਹੜੀ ਹੈ ਉਹ ਜਿੱਤਦੀ ਆ ਯਾਨੀ ਹਰਪ੍ਰੀਤ ਸਿੰਘ ਹੁਣ ਇੱਥੋਂ ਜਿੱਤਦੇ ਸੀਗੇ ਇਸੇ ਤਰੀਕੇ ਨਾਲ ਚੰਦ ਸਿੰਘ ਡੱਲਾ ਜਿਹੜਾ ਹੈਗਾ ਆਪਣੇ ਡੱਲੇ 'ਚੋਂ ਜਿੱਤ ਰਿਹਾ ਪਾਰਟੀ 'ਚ ਇੰਨੀ ਬੁਖਲਾਹਟ ਹੋ ਗਈ ਆਮ ਆਦਮੀ ਪਾਰਟੀ ਵਿੱਚ ਕਿ ਇਹਨਾਂ ਨੇ ਇੱਕ ਕੰਪਲੇਂਟ ਫੇਸ ਦਾਇਰ ਕੀਤੀ ਸਟੇਟ ਇਲੈਕਸ਼ਨ ਕਮਿਸ਼ਨ ਦੇ ਕੋਲ ਉਹਦੀ ਇਨਕੁਆਇਰੀ ਕਰਨ ਵਾਸਤੇ ਦੁਆਰਾ ਭੇਜਿਆ ਅਫਸਰਾਂ 'ਤੇ ਦਬਾਅ ਬਣਾਇਆ ਗਿਆ ਪਟਵਾਰੀਆਂ 'ਤੇ ਹੋਰ ਦੂਜਿਆਂ 'ਤੇ BDO 'ਤੇ ਆਪ ਇੱਕ ਰਿਪੋਰਟ ਪ੍ਰਕੋਰ ਕੀਤੀ ਗਈ ਕਿ ਆਹ ਜਿਹੜੀ ਹੈਗਾ ਜੋ ਇਹਨਾਂ ਦੇ ਖਿਲਾਫ਼ ਜਿਹੜਾ ਹੈਗਾ ਇਹ ਦੱਸਿਆ ਗਿਆ ਜਿਵੇਂ ਇਹਨਾਂ ਦੀ ਮੈਂ ਗੱਲ ਕਰਾਂ ਅਤੇ 18 ਮਰਲੇ ਕਹਿੰਦੇ ਹੈਗੇ ਜੀ ਜ਼ਮੀਨ ਦੇ ਉੱਤੇ ਇਹਨਾਂ ਦਾ ਕਬਜ਼ਾ ਹੈਗਾ ਅਤੇ ਜਿਹੜੀ ਜ਼ਮੀਨ ਜਿਹੜੀ ਹੈਗੀ ਆ ਪੰਚਾਇਤ ਦੀ ਆ ਜਦਕਿ ਇਹੋ ਜਿਹੀ ਕੋਈ ਗੱਲ ਹੈ ਨਹੀਂ ਗੀ ਪੰਚਾਇਤ ਦੀ ਜ਼ਮੀਨ ਮੇਰੇ ਹਿਸਾਬ ਨਾਲ ਉਹ ਪੰਚਾਇਤ ਦੀ ਨਹੀਂ ਆ ਮਤਲਬ ਉੱਥੇ ਮੇਰਾ ਕੋਈ ਰੋਲ ਨਹੀਂ ਆ ਇਹਨਾਂ ਦਾ ਕੋਈ ਮਤਲਬ ਇਹਨਾਂ ਦੀ ਨਾ ਉਹ ਖਾਲੀ ਪਈ ਆ ਅਤੇ ਨਾ ਕਦੀ ਇਹਨਾਂ ਨੇ ਕੋਈ ਉੱਥੇ ਕਬਜ਼ਾ ਸੀ ਨਾ ਕੋਈ ਲੈਣ ਨਾ ਕੋਈ ਦੇਣ ਅਤੇ ਬਿਨਾਂ ਮਤਲਬ ਤੋਂ ਇਹਨਾਂ ਨੇ ਉਹ ਬਣਾ ਕੇ ਅਤੇ ਉੱਥੋਂ ਇੱਕ ਔਡਰ ਲੈਣ ਦਾ ਕਿ ਇਹ ਜਿਹੜੀ ਹੈਗੀ ਆ ਚੋਣ ਮੁਲਤਵੀ ਕਰਤੀ ਗਈ ਹੈ ਸੋ ਕੋਈ ਗੱਲ ਨਹੀਂ ਗੱਲ ਇਹ ਹੈ ਵੋਟਾਂ ਨਾਲ ਹੀ ਬਣਦਾ ਨਾ ਅੱਗੇ ਫਿਰ ਦੁਬਾਰਾ ਫਿਰ ਇਲੈਕਸ਼ਨ ਹੋਏਗੀ ਜਿਸ ਤਰੀਕੇ ਨਾਲ ਮੈਂ ਇੱਥੇ ਪਹਿਲਾਂ ਵੀ ਆਇਆ ਸੀਗਾ ਸਾਰਾ ਪਿੰਡ ਇੱਕ ਪਾਸੇ ਆ ਪਾਰਟੀ ਵਜੋਂ ਤੋਂ ਉੱਪਰ ਉੱਠ ਕੇ ਸਾਰੇ ਮਤਲਬ ਬੰਦੇ ਸਾਰੇ ਜਿਹੜੇ ਹੈਗੇ ਆ ਇਸ ਵੇਲੇ ਹਰਪ੍ਰੀਤ ਸਿੰਘ ਦੇ ਨਾਲ ਹੈ ਅਤੇ ਇਹਨਾਂ ਨੂੰ ਇਹ ਗੱਲ ਜਿਹੜੀ ਸੱਤਾਧਾਰ ਪਾਰਟੀ ਹੈਗੀ ਆ ਝਾੜੂਆਂ ਨੂੰ ਇਹ ਗੱਲ ਪਤਾ ਲੱਗ ਗਈ ਕਿ ਅਸੀਂ ਸਾਡੀ ਹਾਰਦੇ ਹਾਂ ਉਸ ਕਰਕੇ ਇਹਨਾਂ ਨੇ ਆ ਜੋ ਕੁਛ ਵੀ ਕੀਤਾ ਪ੍ਰੈਸ਼ਰਾਈਜ਼ ਕਰਕੇ ਅਫਸਰ ਲਿਖੋ ਕੇ ਭੇਜਤਾ ਪਰ ਉਹਦੇ ਵਿੱਚ ਇਹ ਹੈ ਕਿ ਸਾਡਾ ਪੱਖ ਅਜੇ ਸੁਣਿਆ ਨਹੀਂ ਗਿਆ ਸਾਨੂੰ ਸੁਣਿਆ ਜਾਏਗਾ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਫਾਈਨਲ ਫੈਸਲਾ ਕਿਉਂਕਿ ਹੁਣ ਤਾਂ ਜਿਹੜਾ ਇਹ ਫੈਸਲਾ ਹੈਗਾ ਜਿਹੜਾ ਵੋਟਾਂ ਰੱਦ ਕਰਨ ਦੀਆਂ ਜਿਹੜੀ ਚੋਣ ਰੱਦ ਕਰਨ ਦੀ ਸਰਪੰਚ ਦੀ ਉਹ ਹੋਈ ਆ ਇਸ ਤੋਂ ਅੱਗੇ ਜੇ ਅਸੀਂ ਵੀ ਦੇਵਾਂਗੇ ਅਸੀਂ ਵੀ ਜਿਹੜਾ ਕੈਂਡੀਡੇਟ ਉਹਦੇ ਵਧੀ ਖਿਲਾਫ਼ ਜੋ ਸਾਡੇ ਕੋਲ ਸਬੂਤ ਹੈਗੇ ਉਹ ਵੀ ਪੇਸ਼ ਕਰਾਂਗੇ ਅਤੇ ਉਸ ਤੋਂ ਬਾਅਦ ਜਿਹੜਾ ਫੈਸਲਾ ਹੋਊਗਾ ਅੱਗੇ ਜਿਹੜਾ ਸਰਪੰਚੀ ਦਾ ਅੱਗੇ ਇਲੈਕਸ਼ਨ ਤਾਂ ਹੋਣੀ ਆ ਅਤੇ ਮੈਂ ਤਾਂ ਸਾਰਿਆਂ ਨੂੰ ਕਹਾਂਗਾ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਸਾਰੇ ਡਟ ਕੇ ਇਕੱਠੇ ਖੜ੍ਹੇ ਹੋਏ ਹੋ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਉਸੇ ਤਰੀਕੇ ਨਾਲ ਅੱਗੇ ਵੀ ਆਪਾਂ ਕੰਪੇਨ ਚਲਾਉਣੀ ਆ ਅਤੇ ਆਪਾਂ ਹਰਪ੍ਰੀਤ ਸਿੰਘ ਨੂੰ ਇੱਥੋਂ ਸਰਪੰਚ ਬਣਾਉਣਾ ਆ ਕਲੇਰ ਸਾਹਿਬ ਜਦੋਂ ਮੁੱਖ ਮੰਤਰੀ ਬਣਦੇ ਆ ਤਾਂ ਉਹਨਾਂ ਨੇ ਇੱਕ ਵੀਡੀਓ ਅੱਜ ਵੀ ਸੋਸ਼ਲ ਮੀਡੀਆ 'ਤੇ ਬੈਰ ਲਾ ਕੇ ਕਿਸੇ ਨਾਲ ਧੱਕਾ ਨਹੀਂ ਹੋਊਗਾ ਸਾਡੀ ਸਰਕਾਰ ਦੇ ਵਿੱਚ ਅਤੇ ਨਾ ਹੀ ਕਿਸੇ ਨਾਲ ਧੱਕੇਸ਼ਾਹੀ ਹੋਏਗੀ ਦੇਖੋ ਇਹ ਗੱਲਾਂ ਕਹਿੰਦੀਆਂ ਬਹੁਤ ਕੁਛ ਕਿਹਾ ਹੈਗਾ ਬਹੁਤ ਕੁਛ ਇਹਨਾਂ ਨੇ ਮਤਲਬ ਜੇ ਕਹਾਂ ਜੋ ਕੁਛ ਕਿਹਾ ਉਹਦੇ ਉਲਟੀ ਕੰਮ ਹੋ ਰਿਹਾ ਹੈਗਾ ਇਹ ਬਦਲਾਅ ਦੀ ਸਰਕਾਰ ਹੈ ਬਈ ਬਦਲਾਅ ਦੀ ਜਿਹੜੇ ਹੈਗੇ ਆ ਦੇਖੋ ਅੱਜ ਤਾਂ ਚਾਹੁੰਦੇ ਹੈਗੇ ਟ੍ਰਾਂਸਪੇਰੈਂਸੀ ਹੋਵੇ ਜੇ ਸਾਡਾ ਜੇ ਕਿਤੇ ਹੈ ਵਾਕਿਆ ਗੜਬੜ ਹੈਗੀ ਕੀਤੀ ਹੈ ਲਿਆਓ ਸਾਹਮਣੇ ਜਿੱਥੇ ਕੋਈ ਗੱਲ ਹੀ ਹੈ ਨਹੀਂ ਕੋਈ ਵੀ ਜਿੱਥੇ ਕੋਈ ਮਤਲਬ ਇਹੋ ਜਿਹਾ ਜਿਹੜਾ ਐਲੀਗੇਸ਼ਨ ਲਾਇਆ ਹੈਗਾ ਬੇਸਲੈਸ ਐਲੀਗੇਸ਼ਨ ਹੈ ਉਹਦੇ ਬੇਸ ਦੇ ਉੱਤੇ ਜੇ ਆਪਾਂ ਇਹ ਕਰਦੇ ਆ
तो फिर तो मैं समझना बहुत माड़ी गल है। देखो लोकतंत्र के विच लोगों ने वोटां पाउणियां, सरपंच जिहड़ा हैगा सब तो थले डेमोक्रेसी इत्थों शुरू हुंदी आ, पंचायत दी उत्थों शुरू हुंदी आ। जे उत्थे इहो जिहा हाल हैगा वी जिथे आपां दबा के लोगों डरा के धमका के वोटां भी लैणियां, जां इत्थे इहनां दे जिहड़े आपां अफसरां नूं डरा धमका के रिपोर्टां अपने मुताबक बनाउणियां हैगियां, मैं समझदा बहुत मंदभागा हैगा, बहुत माड़ी गल। देखो ये बारे में असी उत्थे गल करांगे कि तुसीं कि इनकुआरी की है, कित्थों कीता हैगा। जिदन सानू सुनगे उदन असी अपना पक्ष जिहड़ा है उत्थे जरूर रखांगे। उन्होंने ये गल कही है भी इन्होंने आपकी जमीन दे विच बाह के रला ली आ, जदकि साडी आले दुआले भी उहदी जमीन नहीं लगदी। तुसीं दस दिओ, हां ते दस दिओ, नहीं नहीं उह नाल लगदी नहीं उह, क्योंकि नाल गुरद्वारा साहब दी लगदी आ जां बसंत सिंह दी लगदी आ। नाले एनओसी मिल गया गल कर नाले, इक वार मैं हो गई आ एनओसी उहनूं देता गया, उस तों बाद तां फिर गल नहीं ना बणदी कोई वी, चोन निशान वी मिल गया। चलो कोई गल नहीं, सरकारां धक्का करदियां हुंदियां ਅਤੇ ਬੀਬੀ ਨੇ ਧੱਕਾ ਕੀਤਾ ਹੈਗਾ, ਕਿਉਂਕਿ ਆ ਜਿਹੜਾ ਉਹਦਾ ਬੰਦਾ ਸੀ ਉਹ ਬਿਲਕੁਲ ਮੈਂ ਸਮਝਦਾ 100 ਵੀ ਵੋਟ ਨਹੀਂ ਸੀ ਪੈਣੀ ਉਹਨੂੰ ਇਸ ਤਰੀਕੇ ਦਾ ਸੀਗਾ। ਤਸਦੀਕ ਕਰਨ ਵਾਲੇ ਦੋ ਗਵਾਹ ਨਹੀਂ ਮਿਲੇ ਗਏ, ਜਿਹੜੇ ਉਹ ਗਵਾਹ ਦੇ ਸਾਈਨ ਕਰੇ ਆ ਉਹਨਾਂ ਨੇ ਐਫੀਡੇਵਿਟ ਦਿੱਤੇ ਆ। ਜੇਕਰ 30% ਵੋਟ ਅਜੇ ਪੋਲ ਹੋਈ ਤਾਂ ਹਾਂ ਇਹ ਵੀ ਦਿਖਾ ਦੋ ਜੇਕਰ ਉਹ ਜਿੰਨੀ ਵੋਟ ਪੋਲ ਹੋ ਜੀ ਉਸ ਤੋਂ 30% ਵੋਟ ਲੈ ਜੇ ਅਸੀਂ ਉਹਨੂੰ ਸਰਪੰਚ ਮੰਨ ਲਾਂਗੇ। ਅੱਜ ਜਿਹੜੇ ਗਵਾਹਾਂ ਨੂੰ ਵੱਲੋਂ ਉਹਨੇ ਤਸਦੀਕ ਕਰਿਆ ਗਿਆ ਉਹਨਾਂ ਦੇ ਐਫੀਡੇਵਿਟ ਦਿੱਤੇ ਗਏ ਆ ਤਹਿਸੀਲਦਾਰ ਸਾਹਿਬ ਵੱਲੋਂ, ਆਹ ਸਾਰੇ ਮੈਂਬਰ ਆਹ ਨੰਬਰਦਾਰਾਂ ਨੇ ਸਾਰਿਆਂ ਨੇ ਦਿੱਤਾ ਐਫੀਡੇਵਿਟ ਵੀ ਇਹਨਾਂ ਦਾ ਕੋਈ ਨਜਾਇਜ਼ ਕਬਜ਼ਾ ਨਹੀਂ ਹੈ, ਸਾਰੇ ਨੰਬਰਦਾਰਾਂ ਦੇ ਸਾਈਨ ਆ, ਨੰਬਰਦਾਰਾਂ ਨੇ ਲਿਖ ਕੀਤਾ ਵੀ ਇਹਨਾਂ ਦਾ ਕੋਈ ਕਬਜ਼ਾ ਨਜਾਇਜ਼ ਕਬਜ਼ਾ ਨਹੀਂ ਹੈ। ਨਹੀਂ ਇਹ ਵੀ ਨਾਲ ਦੱਸ ਦਈਏ ਜਿਹੜੇ ਉਹਨਾਂ ਦੇ ਗਵਾਹ ਹੈਗੇ ਨਾ, ਜਿਹੜੀ ਉਹਨਾਂ ਦੇ ਜਿਹੜੇ ਪੇਪਰ ਫਾਈਲ ਕੀਤੇ ਆ ਉਹਨਾਂ ਨੇ ਗਵਾਹਾਂ ਨੇ ਵੀ ਦੱਸਿਆ ਹੈਗਾ ਐਫੀਡੇਵਿਟ ਸਾਡੇ ਕੋਲ ਹੈਗਾ ਕਿ ਇਹ ਤਾਂ ਦਸਖਤ ਅਸੀਂ ਸਾਡੇ ਵੱਲੋਂ ਹੈ ਹੀ ਨਹੀਂ ਗੇ। ਉਹ ਵੀ ਝੂਠੇ ਆ ਜਿਹੜੇ ਨਾਮਜ਼ਦਗੀ ਪੱਤਰ ਤੇ ਨਾਮਜ਼ਦਗੀ ਪੱਤਰ ਦੇ ਉੱਤੇ ਜਿਹੜੇ ਦਸਖਤ ਕੀਤੇ ਗਏ ਗਵਾਹ ਝੂਠੇ ਆ, ਗਵਾਹ ਦੇ ਦਸਖਤ ਨਹੀਂ ਹੈਗੇ, ਉਹ ਐਫੀਡੇਵਿਟ ਸਾਡੇ ਕੋਲ ਹੈਗਾ ਜਿਹੜਾ ਇਸ ਵੇਲੇ ਅਸੀਂ ਪੇਸ਼ ਕਰਾਂਗੇ ਇਲੈਕਸ਼ਨ ਕਮਿਸ਼ਨ ਦੇ ਕੋਲ। ਦੂਸਰੀ ਗੱਲ ਇਹ ਆ ਉਹਦੇ ਤਾਂ ਆਪਦੇ ਪਰਿਵਾਰ ਦੀ ਵੋਟ ਨਹੀਂ ਉਹਦੇ ਮਗਰ, ਉਹ ਵੀ ਸਾਡੇ ਵੱਲ ਖੜੇ ਆ ਦੇਖੋ। ਆ ਲਓ ਜੀ ਬੀਬੀ ਜਾਓ, ਸਾਰਾ ਬੱਚਿਆਂ ਸਮੇਤ ਸਾਡੇ ਨਾਲ ਖੜੇ ਆ। ਇੱਕ ਮਿੰਟ ਸੁਣੋ ਜੀ, ਘਰੇ ਬੱਚਿਆਂ ਨੂੰ ਗੁੱਟਦਾ ਸੀ ਕੁੜੀ ਦੇ ਮੰਜੇ ਤੇ ਬੈਠੀ, ਮਨ ਬੁੱਧੀ ਵਾਲੀ ਲਹਿਰੀ ਬਾਹਰ ਵਿੱਚ ਕਰਦੀ ਆ, ਉਹਦੇ ਗੋਲੀ ਮਾਰਨ ਲੱਗੇ ਸੀ, ਉਹਦੇ ਕੋਲ ਰਫਲ ਆ ਪਿਸਤੌਲ ਆ, ਉਹ ਸਾਨੂੰ ਮੇਰੇ ਬੱਚਿਆਂ ਨੂੰ ਖਤਰਾ ਪੂਰਾ। ਉਹ ਅਕਾਲੀਆਂ ਦਾ ਨਹੀਂ ਬਣਿਆ ਕਿਤੇ, ਕਾਂਗਰਸ ਦੇ ਝਾੜੂ ਵਾਂਦੇ ਇਹ ਜੁੱਤੀਆਂ ਦਾ ਹਾਰ ਪਾਉਂਦਾ ਰਿਹਾ, ਹੁਣ ਜਿਹੜਾ ਅੱਜ ਝਾੜੂ ਵਾਲੇ ਦਾ ਸਪੋਰਟ ਕਰਨ ਲੱਗਿਆ, ਕੋਈ ਬੰਦਾ ਕਿਸੇ ਕੰਮ ਦਾ ਨਹੀਂ, ਇਹ ਸਾਡੇ ਸਿਰਫ ਪੈਰਾਂ ਵਿੱਚ ਇਹ ਲੋਕਾਂ ਨੂੰ ਕਹਿੰਦਾ ਮੈਂ ਸਰਪੰਚ ਹਾਂ, ਕੋਈ ਸਰਪੰਚ ਨਹੀਂ, ਸਾਰਾ ਰਾਜੂ ਪਿੰਡ ਸਰਪੰਚ ਆ, ਕੁਲਵੰਤ ਵੱਲੀ ਕੋਈ ਨਹੀਂ ਗਾ, ਤਿੰਨ ਬੰਦੇ ਸਿਰਫ ਉਹਦੇ ਵਿੱਚ ਪਿੰਡ ਨੇ, ਕੋਈ ਬੰਦਾ ਨਹੀਂ ਉਹਦੇ ਨਾਲ ਖੜਾ। ਮੇਰੇ ਬੱਚੇ ਤਿੰਨ ਗੁੱਡੀਆਂ ਇੱਕ ਬੇਟਾ, ਸਾਨੂੰ ਗੋਲੀਆਂ ਮਾਰਨ ਨੂੰ ਪਤਾ ਕਦੇ ਕੋਲ ਰਫੜਾ ਇੱਕ ਪਿਸਤੌਲ ਆ, ਇਹ ਤੋਂ ਇਹ ਵੀ ਫੜੀ ਜਾਵੇ, ਬਹੁਤ ਸਾਨੂੰ ਦੁੱਖ ਰਿਹਾ ਘਰ, ਇਹ ਤੋਂ ਮੈਂ ਰਹਿ ਕੇ ਦੇਖੀ ਕੋਠੀ ਵੱਡੀ ਪਾ ਗਈ, ਗੱਡੀ ਇਹਨੂੰ ਲੈ ਦੀ, ਟਰੈਕਟਰ ਲੈ ਤਾ, ਘਰ ਵਿੱਚ ਸਾਨੂੰ ਤੰਗ ਤੇ ਪਰੇਸ਼ਾਨ ਕਰਦਾ ਸੀ, 3 ਸਾਲ ਦੇ ਘਰੋਂ ਭੱਜੇ ਵੀ ਹੈਗੇ ਜਿਵੇਂ, ਕੋਈ ਸਾਡੀ ਸੁਣਵਾਈ ਨਹੀਂ ਕੀਤੀ ਝਾੜੂ ਵਾਲੀ ਨੇ, ਦੂਜੇ ਲੈ ਕੇ ਜਾ ਕਿਹੜੇ ਖਾ ਮੂੜੀ ਇੱਕ ਦਾ ਆ ਗਿਆ। ਲਓ ਜੀ ਇੱਕ ਮੈਂ ਤੁਹਾਨੂੰ ਹੋਰ ਵੀ ਦੱਸ ਦਿੰਦਾ, ਬਾਈ ਤੁਸੀਂ ਦੱਸ ਹੀ ਦੇਖ ਦੱਸ ਹੀ ਦਿੱਤਾ ਹੈਗਾ ਭੈਣ ਨੇ ਤੁਹਾਨੂੰ, ਦੇਖੋ ਜਿਹੜਾ ਉਹਦੇ 'ਤੇ ਨਾ ਗਵਾਹ ਹੈਗੇ ਆ, ਇੱਕ ਗੁਰਮੁਖ ਸਿੰਘ ਹੈ ਅਤੇ ਦੂਜਾ ਕਿਹੜਾ ਜੀ, ਹਰਮਿੰਦਰ ਸਿੰਘ, ਦੋਨਾਂ ਗਵਾਹਾਂ ਨੇ ਕਿਹਾ ਕਿ ਸਾਡੀ ਗਵਾਹੀ ਤਾਂ ਪਾਈ ਆ, ਨਕਲੀ ਹੈ ਉਹ, ਅਸੀਂ ਕਿਤੇ ਦਸਖਤ ਨਹੀਂ ਕੀਤੇ ਹਨ, ਆਹ ਸਾਡੇ ਕੋਲ ਐਫੀਡੇਵਿਟ, ਉਹਨਾਂ ਆਪ ਆਹ ਐਫੀਡੇਵਿਟ ਹੈ ਜਿਹੜਾ ਕਿ ਟੈਸਟ ਕੀਤਾ ਹੈਗਾ ਨੋਟਰੀ ਪਬਲਿਕ ਕੋਲੋਂ, ਹਾਂ ਆਹ ਟੈਸਟ ਕੀਤਾ ਹੈਗਾ, ਦੋਹਾਂ ਦੇ ਦਸਖਤ ਵੀ ਇਹਨਾਂ ਨੇ ਆਪ ਕੀਤੇ ਆ। ਅਸੀਂ ਸਾਰੀ ਗੱਲ ਜਿਹੜੀ ਹੈਗੀ ਆ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਲੈ ਕੇ ਆਵਾਂਗੇ, ਔਰ ਅਸੀਂ ਇਸ ਆਰਡਰ ਦੇ ਅਗੇਂਸਟ ਜੋ ਪਟੀਸ਼ਨ ਹੈਗੀ ਆ ਉਹ ਵੀ ਅਸੀਂ ਪਾਵਾਂਗੇ, ਸਾਰੇ ਅਫਸਰਾਂ ਦੇ ਖਿਲਾਫ ਵੀ ਪਾਵਾਂਗੇ, ਔਰ ਜਿੱਥੇ ਤੱਕ ਵੀ ਅਸੀਂ ਮਤਲਬ ਦੇਖੋ ਇਨਸਾਫ ਲੈਣਾ ਹੈਗਾ, ਇਨਸਾਫ ਵਾਸਤੇ ਅਸੀਂ ਪੂਰਾ ਕਰਾਂਗੇ। ਇਲੈਕਸ਼ਨ ਕਮਿਸ਼ਨ ਨਾਲ ਗੱਲ ਹੋਈ ਕਿ ਨਹੀਂ ਹੋਈ ਇਸ ਬੰਦੇ? ਦੇਖੋ ਇਸ ਮਸਲੇ ਦੇ ਉੱਤੇ ਕਿਉਂਕਿ ਉਹਨਾਂ ਨੇ ਆਰਡਰ ਤਾਂ ਸੁਣਾਤਾ, ਅੱਜ ਗੱਲ ਕਰਨ ਦਾ ਕੋਈ ਫਾਇਦਾ ਕੋਈ ਨਹੀਂ, ਸਾਨੂੰ ਇਹਦੀ ਪਟੀਸ਼ਨ ਫਾਈਲ ਕਰਨੀ ਪੈਣੀ ਆ, ਉਹ ਜਿੱਥੇ ਕੰਪੀਟੈਂਟ ਅਥਾਰਟੀ ਹੈਗੀ ਆ ਆਨਰੇਬਲ ਹਾਈ ਕੋਰਟ, ਉੱਥੇ ਧਿਆਨ ਕਰਾਂਗੇ। ਕਮਿਸ਼ਨ ਨੂੰ ਪਹਿਲਾਂ ਫਾਈਲ ਕਰ ਚੁੱਕੇ ਆ, ਉਹਦਾ ਨੰਬਰ ਲੱਗਿਆ ਹੋਇਆ। ਠੀਕ ਹੈ ਜੀ, ਧੰਨਵਾਦ।
ਜਗਿੰਦਰ ਕੌਰ ਪਿੰਡ ਕਿਹੜਾ ਜੀ ਪਿੰਡ ਕੋਨਾ ਤੁਹਾਡੇ ਪਤੀ ਵੀ ਇੱਥੇ ਇਲੈਕਸ਼ਨ ਵਿੱਚ ਖੜੇ ਆ ਸਰ ਹਾਂਜੀ ਸਰਪੰਚ ਜੀ ਖੜੇ ਪਾਰਟੀ ਵੱਲੋਂ ਖੜੇ ਆਮ ਪਾਰਟੀ ਆਮ ਪਾਰਟੀ ਵੱਲੋਂ ਅੱਛਾ ਜੀ ਹਾਂਜੀ ਤੇ ਤੁਸੀਂ ਉਹਨਾਂ ਵੱਲ ਨਹੀਂ ਕੀ ਕਾਰਨ ਨਾ ਅਸੀਂ ਤਾਂ ਰਾਜੂ ਵੱਲ ਨਹੀਂ ਰਾਜੂ ਵੱਲ ਜੀ ਹਾਂ ਕੀ ਕਾਰਨ ਕੀ ਹੋਇਆ ਵੀ ਆਪਣੇ ਪਤੀ ਨੂੰ ਛੱਡ ਕੇ ਉਹ ਜਾਣੀ ਬੇੜੇ ਜਾਨੀ ਨੂੰ ਲਈ ਫਿਰਦਾ ਗਲਤ ਕੰਮਾਂ ਚ ਚਾਰ ਬੱਚੇ ਆ ਘਰੇ ਬੱਚੇ ਰੁੜ ਰਹੇ ਸਾਰਾ ਘਰੋਂ ਪੈਸਾ ਖਾ ਗਿਆ 4.5 ਕਿੱਲੇ ਮੈਨੂੰ ਪੇਕਿਆਂ ਤੋਂ ਆਉਂਦੇ ਸੀ ਉਹ ਸਾਰੇ ਵੇਚ ਕੇ ਖਾ ਗਿਆ ਟਰੈਕਟਰ ਲੈ ਕੇ ਦਿੱਤੇ ਗੱਡੀ ਲੈ ਕੇ ਦਿੱਤੇ ਕੋਠੀ ਪਾ ਕੇ ਦਿੱਤੇ ਆ ਇੱਕ ਰਫਲ ਤੇ ਪਿਸਤੌਲ ਮੇਰੇ ਤੋਂ ਧੱਕੇ ਨਾਲ ਲੈ ਲਿਆ ਹੁਣ ਕਹਿੰਦਾ ਜਦੋਂ ਵੀ ਮਾਰੂ ਤੇਰੇ ਬੱਚਿਆਂ ਨੂੰ ਮਾਰੂ ਤੈਨੂੰ ਮਾਰੂ ਕੋਈ ਨਸ਼ਾ ਪੱਤਾ ਵੀ ਕਰਦਾ ਨਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਗਲਤ ਕੰਮ ਕਰ ਰਿਹਾ ਬੇੜਿਆ ਧਮਕੀਆਂ ਦਿੰਦਾ ਧਮਕੀਆਂ ਦਿੰਦਾ ਰਫਲ ਤੇ ਪਿਸਤੌਲ ਚੱਕੀ ਫਿਰਦਾ ਸਰਿਆਮ ਟਰੈਕਟਰ ਘਰੋਂ ਭਜਾ ਕੇ ਲੈ ਕੇ ਗਿਆ 4 ਲੱਖ ਦਾ ਨਾ ਪਹਿਲਾਂ ਅਕਾਲੀਆਂ ਦਾ ਬਣਿਆ ਨਾ ਕਾਂਗਰਸ ਦਾ ਬਣਿਆ ਨਾ ਇਹ ਐਮ ਪਾਰਟੀ ਦੇ ਝਾੜੂਆਂ ਦਾ ਸੀ ਇਹਨਾਂ ਨੂੰ ਵੀ ਗਾਲ ਹੀ ਕੱਢਦਾ ਰਿਹਾ ਪਿੰਡ ਵਾਲਿਆਂ ਨੇ ਕੁਝ ਸੋਚਿਆ ਖੜਾਉਣ ਲੱਗੇ ਹਾਂਜੀ ਪਿੰਡ ਦਾ ਨੇ ਕਿਸੇ ਨੇ ਖੜਾਈ ਨਹੀਂ ਆਪ ਹੀ ਖੜ ਗਿਆ ਆਪ ਹੀ ਕੱਲਾ ਹੀ ਆਇਆ ਹਾਂ ਆਪ ਹੀ ਖੜਾ ਆਪ ਦੇ ਆਪ ਖੜਾ ਕਿਸੇ ਨੇ ਨਹੀਂ ਜੇ ਉਹ ਸਰਪੰਚ ਜੀ ਖੜ ਕੇ ਵੀ ਮਦਦ ਕੌਣ ਕਰ ਰਿਹਾ ਪਿੰਡ ਵੱਲੋਂ ਨਹੀਂ ਪਿੰਡ ਦੇ ਕੋਈ ਨਹੀਂ ਕਰਦਾ ਅਸੀਂ ਸਾਰੇ ਇੱਧਰ ਆ ਸਾਰਾ ਪਿੰਡ ਇੱਧਰ ਖੜਾ ਉਹਦੇ ਨਾਲ ਕੋਈ ਵੀ ਨਹੀਂ ਉਹ ਬੰਦੇ ਨੇ ਇੱਕ ਜ਼ੀਰੋ ਬੰਦਾ ਵੀ ਉਹ ਸਾਡੇ ਪਿੰਡ ਵਿੱਚ ਉਹ ਬੰਦਾ ਜ਼ੀਰੋ ਆ ਜ਼ੀਰੋ ਕੋਈ ਨਹੀਂ ਉਹਨੂੰ ਪੁੱਛ ਰਿਹਾ ਜਿਹਨੇ ਬੱਚ 3 ਛੱਡੇ ਬੇਟਾ ਚੌਥਾ ਮੁੰਡਾ ਛੱਡੀ ਬੇਟਾ ਮੇਰੇ ਮਗਰ ਨਹੀਂ ਹੈ ਕੋਈ ਪਿੰਡ ਦਾ ਉਹਦੇ ਨਾਲ ਸਾਥ ਨਹੀਂ ਦਿੰਦਾ ਅਸੀਂ ਸਾਥ ਪਿੰਡ ਦੇ ਆਪਦੇ ਨਾਲ ਦਿੰਨੇ ਜਿੰਨਾ ਵੀ ਸਾਡਾ ਪਿੰਡ ਦਾ ਨਾਲ ਇਹ ਖੜੀ ਆ ਵਿਚਾਰੀ ਰਾਜੂ ਨਾਲ ਖੜੀ ਆ ਜੀ ਬਰਾਬਰ ਖੜਦਾ ਨਾ ਬਰਾਬਰ ਭਿੜਦਾ ਲੈਂਦਾ ਮੋਟਾ ਹੱਕ ਮਲਦਾ ਹਰਦਾ ਹੀ ਹੁੰਦਾ ਵਿੱਚ ਹਾਂ ਬੱਚਿਆਂ ਦਾ ਕੀ ਸਵਾਰ ਸਕੂ ਪਿੰਡ ਦਾ ਕੋਈ ਸਵਾਰ ਦੂ ਨਾ।